ਭਿਆਨਕ ਅੱਗ ਦੀਆਂ ਇਹ ਤਸਵੀਰਾਂ ਜਿਸ ਨੇ ਚਾਰੇ ਪਾਸੇ ਤਬਾਹੀ ਮਚਾ ਦਿੱਤੀ। ਜਿੱਧਰ ਦੇਖੋ ਉਧਰ ਅੱਗ ਹੀ ਅੱਗ ਨਜ਼ਰ ਆ ਰਹੀ ਹੈ। ਦੱਸਦੇ ਕਿ ਕੱਪੜਿਆਂ ਦੀਆਂ ਛੋਟੀਆਂ ਦੁਕਾਨਾਂ ਸੀ, ਬਾਂਸ ਦੀਆਂ ਬਣੀਆਂ ਹੋਈਆਂ ਸੀ, ਜੋ ਅੱਗ ਦੀ ਲਪੇਟ ਵਿੱਚ ਆਈਆਂ ਨੇ। ਕੋਲ ਖੜੇ ਟਰਾਂਸਫਾਰਮਰ ਵੀ ਇਸ ਅੱਗ ਦੀ ਭੇਟ ਚੜ ਗਏ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛੋਟੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ। ਇਹ ਤਸਵੀਰਾਂ ਪਟਿਆਲਾ ਦੀ ਛੋਟੀ ਬਾਰਾਂਦਰੀ ਤੋਂ ਸਾਹਮਣੇ ਆਈਆਂ ਨੇ। ਅੱਗ ਦੇ ਭਾਂਬੜ ਮੱਚ ਰਹੇ ਨੇ। ਬਾਂਸ ਦੀਆਂ ਇਹ ਦੁਕਾਨਾਂ ਸੀ, ਕੱਪੜਿਆਂ ਦੀਆਂ ਦੁਕਾਨਾਂ ਸੀ, ਜਿੱਥੇ ਇਹ ਭਿਆਨਕ ਅੱਗ ਲੱਗੀ ਹੈ। ਬਾਂਸ ਦੇ ਨਾਲੇ ਬਣੀਆਂ ਹੋਈਆਂ ਸੀ। ਤਾਂ ਦੱਸਦੇ ਕਿ ਛੋਟੇ ਦੁਕਾਨਦਾਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ। ਅੱਗ ਦੇ ਭਾਂਬੜ, ਧੂੰਏ ਦਾ ਗੁਬਾਰ ਅਸਮਾਨੀ ਚੜ੍ਹਦਾ ਜਾ ਰਿਹਾ। ਬਾਂਸ ਦੀਆਂ ਇਹ ਦੁਕਾਨਾਂ ਬਣੀਆਂ ਹੋਈਆਂ ਸੀ, ਜੋ ਕਿ ਇੱਥੇ ਕੱਪੜੇ ਨੇ ਜਿਹੜੇ ਉਹ ਵੇਚੇ ਜਾ ਰਹੇ ਸੀ। ਤਾਂ ਉੱਥੇ ਭਿਆਨਕ ਅੱਗ ਲੱਗੀ ਹੈ। ਸਾਰੀਆਂ ਦੁਕਾਨਾਂ ਸੜ ਕੇ ਸਵਾਹ ਹੋ ਚੁੱਕੀਆਂ ਨੇ, ਸਾਰਾ ਕੱਪੜਾ ਵੀ ਸੜ ਕੇ ਰਾਖ ਹੋ ਚੁੱਕਿਆ। ਤਾਂ ਦੱਸਦੇ ਕਿ ਭਾਰੀ ਨੁਕਸਾਨ ਹੋਇਆ। ਟਰਾਂਸਫਾਰਮਰਾਂ ਨੂੰ ਵੀ ਇੱਥੇ ਭਿਆਨਕ ਅੱਗ ਲੱਗੀ ਹੈ, ਅੱਗੇ ਤੋਂ ਅੱਗੇ ਵੱਧਦੀ ਗਈ। ਪਹਿਲਾਂ ਲੋਕਾਂ ਨੇ ਆਪਣੇ ਪੱਧਰ ਤੇ ਇਸ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਗਏ। ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ, ਜੋ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੁੱਟ ਗਈਆਂ। ਤਾਂ ਦੱਸਦੇ ਕਿ ਪਟਿਆਲਾ ਦੀ ਛੋਟੀ ਬਾਰਾਂਦਰੀ ਦੇ ਕੋਲ ਇਹ ਦੁਕਾਨਾਂ ਨੇ, ਬਾਂਸ ਦੀਆਂ ਇਹ ਦੁਕਾਨਾਂ ਬਣੀਆਂ ਹੋਈਆਂ ਸੀ। ਇੱਥੇ ਕੱਪੜੇ ਦੀਆਂ ਦੁਕਾਨਾਂ ਸੀ, ਜੋ ਅੱਗ ਦੀ ਲਪੇਟ ਵਿੱਚ ਆਈਆਂ ਨੇ। ਅੱਗ ਦੇ ਭਾਂਬੜ ਹੈਰਾਨ ਕਰਦੇ ਨੇ ਕਿਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਇਹ ਅੱਗ ਫੈਲਦੀ ਗਈ। ਉਸ ਤੋਂ ਬਾਅਦ ਕੋਲ ਖੜੇ ਟਰਾਂਸਫਾਰਮਰਾਂ ਦੇ ਵਿੱਚੋਂ ਵੀ ਅੱਗ ਦੇ ਭਾਂਬੜ ਨਿਕਲਣੇ ਸ਼ੁਰੂ ਹੋਏ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਵੱਡੀ ਪੱਧਰ ਤੇ ਛੋਟੇ ਦੁਕਾਨਦਾਰਾਂ ਦਾ ਇੱਥੇ ਵੱਡਾ ਨੁਕਸਾਨ ਹੋਇਆ। ਬਾਂਸ ਦੀਆਂ ਇਹ ਦੁਕਾਨਾਂ ਬਣੀਆਂ ਹੋਈਆਂ ਸੀ, ਕੱਪੜੇ ਇਸ ਦੇ ਵਿੱਚ ਸੀ, ਜੋ ਸੜ ਕੇ ਸਵਾਹ ਹੋ ਚੁੱਕੇ ਨੇ। ਸਾਰੀਆਂ ਦੁਕਾਨਾਂ ਨੂੰ ਭਿਆਨਕ ਅੱਗ ਲੱਗੀ ਹੋਈ ਹੈ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜੋ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੁੱਟ ਗਈਆਂ ਨੇ। ਭਿਆਨਕ ਅੱਗ ਦੀਆਂ ਇਹ ਤਸਵੀਰਾਂ ਜਿਸ ਨੇ ਚਾਰੇ ਪਾਸੇ ਤਬਾਹੀ ਮਚਾ ਦਿੱਤੀ। ਜਿੱਧਰ ਦੇਖੋ ਉਧਰ ਅੱਗ ਹੀ ਅੱਗ ਨਜ਼ਰ ਆ ਰਹੀ ਹੈ। ਦੱਸਦੇ ਕਿ ਕੱਪੜਿਆਂ ਦੀਆਂ ਛੋਟੀਆਂ ਦੁਕਾਨਾਂ ਸੀ, ਬਾਂਸ ਦੀਆਂ ਬਣੀਆਂ ਹੋਈਆਂ ਸੀ, ਜੋ ਅੱਗ ਦੀ ਲਪੇਟ ਵਿੱਚ ਆਈਆਂ ਨੇ। ਕੋਲ ਖੜੇ ਟਰਾਂਸਫਾਰਮਰ ਵੀ ਇਸ ਅੱਗ ਦੀ ਭੇਟ ਚੜ ਗਏ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛੋਟੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ। ਇਹ ਤਸਵੀਰਾਂ ਪਟਿਆਲਾ ਦੀ ਛੋਟੀ ਬਾਰਾਂਦਰੀ ਤੋਂ ਸਾਹਮਣੇ ਆਈਆਂ ਨੇ। ਅੱਗ ਦੇ ਭਾਂਬੜ ਮੱਚ ਰਹੇ ਨੇ। ਬਾਂਸ ਦੀਆਂ ਇਹ ਦੁਕਾਨਾਂ ਸੀ, ਕੱਪੜਿਆਂ ਦੀਆਂ ਦੁਕਾਨਾਂ ਸੀ, ਜਿੱਥੇ ਇਹ ਭਿਆਨਕ ਅੱਗ ਲੱਗੀ ਹੈ। ਬਾਂਸ ਦੇ ਨਾਲੇ ਬਣੀਆਂ ਹੋਈਆਂ ਸੀ। ਤਾਂ ਦੱਸਦੇ ਕਿ ਛੋਟੇ ਦੁਕਾਨਦਾਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ। ਅੱਗ ਦੇ ਭਾਂਬੜ, ਧੂੰਏ ਦਾ ਗੁਬਾਰ ਅਸਮਾਨੀ ਚੜ੍ਹਦਾ ਜਾ ਰਿਹਾ। ਬਾਂਸ ਦੀਆਂ ਇਹ ਦੁਕਾਨਾਂ ਬਣੀਆਂ ਹੋਈਆਂ ਸੀ, ਜੋ ਕਿ ਇੱਥੇ ਕੱਪੜੇ ਨੇ ਜਿਹੜੇ ਉਹ ਵੇਚੇ ਜਾ ਰਹੇ ਸੀ। ਤਾਂ ਉੱਥੇ ਭਿਆਨਕ ਅੱਗ ਲੱਗੀ ਹੈ। ਸਾਰੀਆਂ ਦੁਕਾਨਾਂ ਸੜ ਕੇ ਸਵਾਹ ਹੋ ਚੁੱਕੀਆਂ ਨੇ, ਸਾਰਾ ਕੱਪੜਾ ਵੀ ਸੜ ਕੇ ਰਾਖ ਹੋ ਚੁੱਕਿਆ। ਤਾਂ ਦੱਸਦੇ ਕਿ ਭਾਰੀ ਨੁਕਸਾਨ ਹੋਇਆ। ਟਰਾਂਸਫਾਰਮਰਾਂ ਨੂੰ ਵੀ ਇੱਥੇ ਭਿਆਨਕ ਅੱਗ ਲੱਗੀ ਹੈ, ਅੱਗੇ ਤੋਂ ਅੱਗੇ ਵੱਧਦੀ ਗਈ। ਪਹਿਲਾਂ ਲੋਕਾਂ ਨੇ ਆਪਣੇ ਪੱਧਰ ਤੇ ਇਸ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਗਏ। ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ, ਜੋ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੁੱਟ ਗਈਆਂ। ਤਾਂ ਦੱਸਦੇ ਕਿ ਪਟਿਆਲਾ ਦੀ ਛੋਟੀ ਬਾਰਾਂਦਰੀ ਦੇ ਕੋਲ ਇਹ ਦੁਕਾਨਾਂ ਨੇ, ਬਾਂਸ ਦੀਆਂ ਇਹ ਦੁਕਾਨਾਂ ਬਣੀਆਂ ਹੋਈਆਂ ਸੀ। ਇੱਥੇ ਕੱਪੜੇ ਦੀਆਂ ਦੁਕਾਨਾਂ ਸੀ, ਜੋ ਅੱਗ ਦੀ ਲਪੇਟ ਵਿੱਚ ਆਈਆਂ ਨੇ। ਅੱਗ ਦੇ ਭਾਂਬੜ ਹੈਰਾਨ ਕਰਦੇ ਨੇ ਕਿਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਇਹ ਅੱਗ ਫੈਲਦੀ ਗਈ। ਉਸ ਤੋਂ ਬਾਅਦ ਕੋਲ ਖੜੇ ਟਰਾਂਸਫਾਰਮਰਾਂ ਦੇ ਵਿੱਚੋਂ ਵੀ ਅੱਗ ਦੇ ਭਾਂਬੜ ਨਿਕਲਣੇ ਸ਼ੁਰੂ ਹੋਏ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਵੱਡੀ ਪੱਧਰ ਤੇ ਛੋਟੇ ਦੁਕਾਨਦਾਰਾਂ ਦਾ ਇੱਥੇ ਵੱਡਾ ਨੁਕਸਾਨ ਹੋਇਆ। ਬਾਂਸ ਦੀਆਂ ਇਹ ਦੁਕਾਨਾਂ ਬਣੀਆਂ ਹੋਈਆਂ ਸੀ, ਕੱਪੜੇ ਇਸ ਦੇ ਵਿੱਚ ਸੀ, ਜੋ ਸੜ ਕੇ ਸਵਾਹ ਹੋ ਚੁੱਕੇ ਨੇ। ਸਾਰੀਆਂ ਦੁਕਾਨਾਂ ਨੂੰ ਭਿਆਨਕ ਅੱਗ ਲੱਗੀ ਹੋਈ ਹੈ।
ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜੋ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੁਟ ਗਈਆਂ ਨੇ।